ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਆਪਣੇ 2 ਦਿਨਾਂ ਦੌਰੇ ਤੇ ਅੱਜ ਚੰਡੀਗੜ੍ਹ ਪਹੁੰਚ ਚੁੱਕੇ ਨੇ। ਮੋਹਾਲੀ ਏਅਰਪੋਰਟ ਤੋਂ ਕਾਰਜਕਰਤਾਵਾਂ ਨੇ ਉਹਨਾਂ ਦੇ ਕਾਫਲੇ ਨੂੰ ਇੱਕ ਰੋਡ ਸ਼ੋਅ ਦੇ ਰੂਪ ਵਿੱਚ ਬੜੀ ਧੂਮਧਾਮ ਨਾਲ ਪਾਰਟੀ ਦੇ ਚੰਡੀਗੜ੍ਹ ਮੁੱਖ ਦਫ਼ਤਰ ਵਿੱਚ ਲਿਆਂਦਾ, ਜਿੱਥੇ ਉਹਨਾਂ ਨੇ ਪਾਰਟੀ ਮੁੱਖ ਦਫ਼ਤਰ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਅਮਿਤ ਸ਼ਾਹ ਮੀਡੀਆ ਦੇ ਰੂਬਰੂ ਹੋਣ ਲਈ ਚੰਡੀਗੜ੍ਹ ਪ੍ਰੈਸ ਕਲੱਬ ਪੁੱਜੇ। ਇਸ ਮੌਕੇ ਉਹਨਾਂ ਨਾਲ ਸੰਸਦੀ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਵੀ ਹਾਜ਼ਰ ਸਨ। ਇਸ ਮੌਕੇ ਉਹਨਾਂ ਕੇਂਦਰ ਸਰਕਾਰ ਦੀਆਂ ਤਾਰੀਫਾਂ ਦੇ ਪੁੱਲ ਬੰਨੇ। ਸ਼ਾਹ ਨੇ ਕਿਹਾ ਕਿ GST ਵਰਗੇ ਅਹਿਮ ਬਿੱਲ ਨੂੰ ਕਾਨੂੰਨ ਦਾ ਰੂਪ ਦੇਣਾ ਕੇਂਦਰ ਸਰਕਾਰ ਦੀ ਵੱਡੀ ਸਫਲਤਾ ਹੈ। ਸਾਲ ਸਮਾਪਤ ਹੋਣੇ ਕੋ ਆਏ ਹੈ, ਮਗਰ ਹਮਾਰੀ ਸਰਕਾਰ ਪਰ ਹਮਾਰੇ ਵਿਰੋਧੀ ਵੀ ਭ੍ਰਿਸ਼ਟਾਚਾਰ ਕਾ ਆਰੋਪ ਨਹੀਂ ਲਗਾ ਪਾ ਰਹੇ ਹੈ। ਇਹ ਹਮਾਰੀ ਸਰਕਾਰ ਕੀ ਬਹੁਤ ਬੜੀ ਉਪਲਬਧੀ ਹੈ। ਦੇਸ਼ ਕੀ ਅਰਥ ਜੋ ਉਂਦੇ ਮੂੰਹ ਗਿਰ ਰਹੀ ਥੀ ਮਨਮੋਹਨ ਸਿੰਘ ਜੀ ਕੇ ਸਮੇਂ ਮੇ, ਵੋ ਅਰਥ ਵਿਵਸਥਾ ਅੱਜ ਵਿਸ਼ਵ ਕੀ ਸਬਸੇ ਤੇਜ਼ ਗਤੀ ਸੇ ਬਢਨੇ ਵਾਲੀ ਅਰਥਵਿਵਸਥਾ ਬਣੀ ਹੈ ਔਰ ਸ਼ੇਅਰ ਬਾਜ਼ਾਰ ਵੀ ਉਸਕਾ ਸਮਰਥਨ ਕਰ ਰਹਾ ਹੈ। GST ਕੀ ਲਾਗੂ ਕਰਨੇ ਕੇ ਲੀਏ ਸਭੀ ਪਾਰਟੀਓ ਕੀ ਸਰਕਾਰੋਂ ਕੋ ਇੱਕ ਮੰਚ ਪਰ ਲਾਣਾ, ਸਹਿਮਤ ਕਰਨਾ ਔਰ GST ਕੋ ਕਾਨੂੰਨ ਕੇ ਰੂਪ ਮੇ ਤਬਦੀਲ ਕਰਾਨਾ, ਇਹ ਭਾਰਤੀਯ ਜਨਤਾ ਪਾਰਟੀ ਕੀ ਸਰਕਾਰ ਕੀ ਬਹੁਤ ਬੜੀ ਉਪਲਬਧੀ ਹੈ।